ਬੰਦੀ ਸਿੰਘਾਂ ਦੇ ਮਸਲੇ ਨੂੰ ਲੈ ਕੇ ਕੀ ਤੁਸੀਂ ਹੁਣ ਨਰਮ ਰੁੱਖ ਅਪਣਾ ਰਹੇ ਹੋ? ਤੁਹਾਨੂੰ ਲੱਗਦਾ ਕਿ ਜਿਹੜੇ ਲੋਕ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ? ਦੇਖੋ, ਤੁਸੀਂ ਗੱਲ ਕੀਤੀ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਦੀ, ਉਹਨਾਂ ਨੇ ਆਪਣੀ ਯਾਰੀ ਨਿਭਾਤੀ, ਜੋ ਉਹ ਕਹਿ ਕੇ ਗਏ ਉਹ ਉਹਨਾਂ ਨੇ ਕਰਤਾ, ਅਤੇ ਹੁਣ ਮੇਰਾ ਵੀ ਫਰਜ਼ ਆ ਵੀ ਮੈਂ ਉਹਨਾਂ ਦੀ ਆਪਣੀ ਸਰਕਾਰ ਲਈ ਜਿਹੜੇ ਰਾਹ ਏ ਉਹ ਵੀ ਸੁਖਾਵੇਂ ਬਣਾਵਾਂ, ਜਿਹਦੇ ਵਿੱਚ ਕੋਈ ਕੜੱਤਣ ਨਾ ਹੋਵੇ, ਜਿਹਦੇ ਵਿੱਚ ਕੋਈ ਵੀ ਐਸੀ ਗੱਲ ਨਾ ਹੋਵੇ, ਇੱਕ ਵੀ ਚਾਹੇ ਕੋਈ ਗਲਤ ਆ ਕੋਈ ਠੀਕ ਆ, ਉਹ ਗੱਲਾਂ ਸਾਰੀਆਂ ਉਹ 'ਚ ਕੋਈ ਡਿਬੇਟ 'ਚ ਪੈਣ ਦੀ ਗੱਲ ਹੀ ਹੈ ਨਹੀਂ। ਅਤੇ ਮੈਂ ਇਹ ਗੱਲ ਆਪਣੇ ਮੈਨੂੰ ਕਿਸੇ ਨੇ ਕਹੀ ਨਹੀਂ, ਨਾ ਮੇਰੇ ਇਹ ਮੈਨੂੰ ਇੱਕ ਸਵਾਲ ਆਇਆ, ਅਤੇ ਜਦੋਂ ਇੱਕ ਸਵਾਲ ਇਹ ਆਇਆ ਤਾਂ ਮੈਂ ਉਦੋਂ ਹੀ ਮੇਰੇ ਮੂੰਹ 'ਚੋਂ ਇਹ ਗੱਲ ਨਿਕਲੀ ਵੀ ਨਹੀਂ, ਹੁਣ ਮੇਰੇ ਵੀ ਮਨ 'ਤੇ ਬੜੀਆਂ ਗੱਲਾਂ ਭਾਵਨਾ, ਪਰ ਜਦੋਂ ਵੱਡੀ ਇੱਕ ਵੱਡਾ ਕੈਨਵਸ ਲਈ ਵੱਡੀ ਪਿਕਚਰ ਲਈ ਜਿਹੜੀਆਂ ਏ ਉਹ ਆਪਣੇ ਆਪ ਨੂੰ ਜਿਹੜਾ ਏ ਉਹ ਪਿੱਛੇ ਹਟਾਉਣਾ ਜ਼ਰੂਰੀ ਹੁੰਦਾ। ਅਤੇ ਮੈਂ ਇਹਦੇ ਵਿੱਚ ਇਹ ਲੋਕ ਬੜੇ ਆ ਕੇ ਹਮੇਸ਼ਾ ਗੱਲਾਂ ਕਰਦੇ ਸੀ ਬੜੀਆਂ ਵੀ ਆਹ ਉਹ ਕਰਨਾ ਚਾਹੀਦਾ ਜੀ, ਆਹ ਕੀਤਾ ਆਹ ਕੀਤਾ ਆਹ ਕੀਤਾ, ਇੱਕ ਮੇਰੇ ਮਨ ਦੀ ਭਾਵਨਾ ਸੀ ਵੀ ਇੱਕ ਵਾਰ ਸਰਦਾਰ ਬੇਅੰਤ ਸਿੰਘ ਦੀ ਸੋਚ ਦੇ ਨਾਲ ਇੱਕ ਵਾਰ ਰਾਜ ਸੱਤਾ 'ਤੇ ਜ਼ਰੂਰ ਉਹ ਸੋਚ ਲੈ ਕੇ ਪਹੁੰਚਣਾ ਹੈ। ਰਮਨੀ ਜੀ, ਜਿਸ ਤਰ੍ਹਾਂ ਤੁਸੀਂ ਨਰਮ ਰੁੱਖ ਦਿਖਾ ਰਹੇ ਹੋ, ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਿਰਫ ਉਸ ਚੀਜ਼ ਦਾ ਵਿਰੋਧ ਨਹੀਂ ਕਰੋਗੇ ਜੇ ਉਹਨਾਂ ਦੀ ਰਿਹਾਈ ਦਾ ਮਸਲਾ ਉੱਠਦਾ, ਜਾਂ ਫਿਰ ਰਵਨੀਤ ਬਿੱਟੂ ਇੱਕ ਕਦਮ ਹੋਰ ਅੱਗੇ ਵੱਧ ਕੇ ਇਸ ਮਸਲੇ ਨੂੰ ਚੁੱਕ ਵੀ ਸਕਦੇ ਨੇ, ਹੋਰ ਵੀ ਵੱਡਾ ਦਿਲ ਦਿਖਾ ਸਕਦੇ ਨੇ? ਕਿਉਂਕਿ ਪੰਜਾਬ ਦੀ ਸਿਆਸਤ ਦੇ ਵਿੱਚ, ਕਿਉਂਕਿ ਜੇ ਤੁਸੀਂ ਇਸ ਤੋਂ ਵੀ ਅੱਗੇ ਵਧਣ ਦੀ ਤਿਆਰੀ ਕਰਦੇ ਹੋ, ਤਾਂ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਕਿ ਫਿਰ ਪੰਜਾਬ ਦੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਬੜੀ ਵੱਡੀ ਜ਼ਰੂਰਤ ਪੈਣੀ ਹੈ, ਤਾਂ ਰਵਨੀਤ ਬਿੱਟੂ ਇਸ ਤੋਂ ਵੀ ਵੱਡਾ ਦਿਲ ਦਿਖਾਉਣ ਦੀ ਤਿਆਰੀ ਕਰਨਗੇ? ਦੀਪਿੰਦਰ ਜੀ, ਮੈਂ ਇਸ ਵੇਲੇ ਬੀਜੇਪੀ ਦਫ਼ਤਰ ਬੈਠੇ ਹਾਂ, ਸਾਰਾ ਕੁਛ ਇਹਦੇ ਕਰਕੇ ਆ। ਮੈਂ ਇੱਕ ਰੱਤੀ ਭਰ ਵੀ ਜੇ ਮੈਂ ਕੋਈ ਪਲੈਨ ਕੀਤਾ ਹੋਵੇ ਵੀ ਇਸ ਗੱਲ 'ਚ ਮੇਰੇ ਕੋਈ ਅੱਗੇ ਵਧਣ ਝੜਿੱਕਾ ਏ, ਮੈਨੂੰ ਤਾਂ 3 ਵਾਰ ਮੈਂਬਰ ਪਾਰਲੀਮੈਂਟ ਅਨੰਦਪੁਰ ਸਾਹਿਬ ਤੋਂ ਇੱਕ ਤਖ਼ਤ ਤੋਂ, ਜਿਹਦੇ ਵਿੱਚ ਮੋਹਾਲੀ ਵੀ ਆਉਂਦਾ, ਕਿੱਡੇ ਕਿੱਡੇ ਦੰਗਾ ਪੀੜਤ 84 ਵਾਲੇ ਉਰੇ ਰਹਿੰਦੇ ਆ, ਉਹਨਾਂ ਨੇ ਵੀ ਮੈਨੂੰ ਵੋਟਾਂ ਪਾਈਆਂ, ਮੈਨੂੰ ਚਮਕੌਰ ਸਾਹਿਬ, ਮੈਨੂੰ ਰੋਪੜ ਅਨੰਦਪੁਰ ਸਾਹਿਬ ਤਖ਼ਤ ਤੋਂ ਮੈਨੂੰ ਸਾਰੀਆਂ ਜਿਹੜੀਆਂ ਵੋਟਾਂ ਪੈ ਕੇ, ਉਹ ਕੋਈ ਗੱਲ ਨਹੀਂ। ਉਦੋਂ ਬਾਅਦ ਮੈਂ ਲੁਧਿਆਣਾ ਵੀ, ਜਿਹੜਾ ਇਹ ਸਭ ਤੋਂ ਵੱਡਾ ਜ਼ਿਲ੍ਹਾ ਹੈ, ਉਹ ਉੱਥੇ ਇਲੈਕਸ਼ਨ ਮੈਂ ਲੜਿਆ, ਮੈਂ ਜਲਾਲਾਬਾਦ ਵੀ ਚਲਾ ਗਿਆ, ਮੈਂ ਹੋਰ ਕਿਤੇ ਵੀ, ਕੋਈ ਇਹ ਗੱਲ ਕਦੇ ਨਹੀਂ ਸੀ। ਪਰ ਮੈਂ ਇਹ ਕਹਿੰਦਾ ਵੀ ਚਾਹੇ ਬੰਦੀ ਸਿੱਖਾਂ ਵਾਲਾ ਮਸਲਾ, ਚਾਹੇ ਕੋਈ ਹੋਰ ਵੀ, ਕਿਸੇ ਨੂੰ ਜਦੋਂ ਇੱਕ ਵੀ ਕੋਈ 1% ਵੀ ਕਿਸੇ ਨੂੰ ਮੇਰੇ ਪ੍ਰਤੀ ਇਹ ਗੱਲ ਹੋਵੇ ਯਾਰ ਵੀ ਇਹ 'ਚ ਰੋੜਾ ਹੈ ਜਿਹੜਾ ਉਹ ਬਿੱਟੂ ਬਣ ਰਿਹਾ ਜਾਂ ਇਹ ਪਰਿਵਾਰ ਬਣ ਰਿਹਾ, ਉਹ ਗੱਲ ਚਾਹੇ ਕੋਈ ਵੀ ਹੋਵੇ, ਮੈਂ ਉਸ ਗੱਲ ਤੋਂ ਕੋਹਾਂ ਦੂਰ ਹੋਊਂਗਾ। ਇਸ ਗੱਲ 'ਚ ਮੈਂ ਤਾਂ ਕਿਸਾਨਾਂ ਨੇ, ਚਾਹੇ ਅੱਜ ਵੀ ਲੀਡਰਾਂ ਨੇ, ਚਾਹੇ ਮੈਨੂੰ ਕਿਸੇ ਪਿੰਡ ਨਹੀਂ ਵੜਨ ਦਿੱਤਾ, ਚਾਹੇ ਬੂਥ ਨਹੀਂ ਲੱਗਣ ਦਿੱਤਾ, ਮੈਂ ਤਾਂ ਉਹਨਾਂ ਖਾਤਰ ਵੀ ਜੇ ਦਿਲ 'ਚ ਮੇਰੇ 1.25 ਸਾਲ ਫੁੱਟਪਾਥ 'ਤੇ ਪਿਆ ਰਹੇ, ਜੰਤਰ ਮੰਤਰ ਪਿਆ ਰਿਹਾ 1.25 ਸਾਲ, ਮੈਂ ਅਤੇ ਔਜਲਾ ਸਾਹਿਬ 2 ਹੀ MP ਪਏ ਸੀ, ਅਤੇ ਪਰ ਅੱਜ ਉਹਨੂੰ ਦੇਖਦੇ ਹੋਏ BJP ਜੁਆਇਨ ਕੀਤੀ ਵੀ ਇਹ ਮਸਲਾ ਹੱਲ ਨਹੀਂ ਹੋਣਾ। ਆਪਾਂ ਇਸ ਪਾਸੇ ਵੀ ਆਉਣੇ, ਪਰ ਮੈਂ ਫਿਰ ਉਸੇ ਸਵਾਲ 'ਤੇ ਦੁਬਾਰਾ ਲੈ ਕੇ ਜਾਣਾ। ਤੁਸੀਂ ਕਿਹਾ ਕਿ ਮੈਂ ਰੋੜਾ ਨਹੀਂ ਬਣੂੰਗਾ, ਪਰ ਮੈਂ ਫਿਰ ਉਹੀ ਗੱਲ ਦੁਹਰਾਉਣਾ ਹੈ ਕਿ ਹੋਰ ਵੀ ਵੱਡਾ ਦਿਲ ਦਿਖਾਉਂਦਿਆਂ ਇਸ ਪਾਸੇ ਪਹਿਲ ਵੀ ਕਰ ਸਕਦੇ ਨੇ ਰਵਨੀਤ ਬਿੱਟੂ, ਕਿ ਹਾਂ ਇਹਨਾਂ ਲੋਕਾਂ ਨੂੰ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਨੇ ਬਾਹਰ ਆ ਜਾਣਾ ਚਾਹੀਦਾ ਅਧਿਕਾਰ? ਦੇਖੋ, ਜਦੋਂ ਲੋਕਾਂ ਨੇ
ਲੋਕ ਹੀ ਆ ਨਾ ਸਾਰਾ ਕੁਛ। ਜਦੋਂ ਲੋਕਾਂ ਨੇ ਬੇਅੰਤ ਸਿੰਘ ਦਾ ਬੇਟਾ, ਅਸੀਂ ਇਕੱਠੇ ਗੁਰੂ ਨਾਨਕ ਪਬਲਿਕ ਸਕੂਲ ਪੜ੍ਹੇ ਹਾਂ ਸਾਰੇ, ਮਤਲਬ ਇਹ ਜੂਨੀਅਰ ਹੁੰਦੇ ਸੀ ਸਾਤੋਂ, ਇਹਨਾਂ ਦਾ ਇੱਕ ਭਰਾ ਹੋਰ ਵੱਡਾ ਸੀ, ਉਹ ਮੇਰੇ ਸਿਸਟਰ ਹੋਣਾਂ ਦੇ, ਬਿਮਲ ਕੌਰ ਖਾਲਸਾ ਜੀ ਉਦੋਂ ਐਮ ਪੀ ਇਲੈਕਸ਼ਨ ਜਿਹੜੀ ਆ ਉਹ ਰੋਪੜੋਂ ਉਦੋਂ ਲੜੇ ਸੀ, ਮੈਨੂੰ ਯਾਦ ਆ। ਅਸੀਂ ਚਾਹੇ ਸਰਦਾਰ ਬੇਅੰਤ ਸਿੰਘ ਦੇ ਪੋਤੇ ਸੀ, ਚੀਫ ਮਿਨਿਸਟਰ ਤੋਂ ਪਹਿਲਾਂ ਦੀ ਮੈਂ ਗੱਲ ਕਰਦਾ, ਜਦੋਂ ਇਹ ਗੁਰੂ ਨਾਨਕ ਪਬਲਿਕ ਸਕੂਲ ਸੈਕਟਰ 36 ਚ ਇਹ ਵੀ ਪੜ੍ਹਨ ਆਏ, ਅਸੀਂ ਉਦੋਂ ਵੀ ਇਕੱਠੇ ਸਕੂਲ ਚ ਇੱਕ ਦੂਜੇ ਨਾਲ ਰਹਿੰਦੇ ਸੀ, ਕਰਦੇ ਸੀ, ਦੇਖਦੇ ਸੀ, ਚਾਹੇ ਹਜੇ ਬੜੇ ਜੂਨੀਅਰ ਸੀ। ਲੋਕਾਂ ਨੇ ਜਦੋਂ ਉਹਨੂੰ ਮੈਂਬਰ ਪਾਰਲੀਮੈਂਟ ਬਣਾਤਾ, ਇਹਦਾ ਮਤਲਬ ਕਿਤੇ ਨਾ ਕਿਤੇ ਲੋਕਾਂ ਦੀ ਇਹ ਭਾਵਨਾ ਵੀ ਹੈਗੀ ਆ ਬਈ ਇਨਸਾਫ ਵੀ ਹੋ ਗਿਆ, ਹੁਣ ਬੜਾ ਚਿਰ ਇਹਨਾਂ ਨੂੰ ਮਿਲਣਾ ਚਾਹੀਦਾ। ਤੇ ਉਹ ਭਾਵਨਾ, ਜੇ ਮੈਂ ਵੀ ਇਲੈਕਸ਼ਨਾਂ ਲੜਨਾ, ਮੈਂ ਵੀ ਲੋਕਾਂ ਦੇ ਨਾਲ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ, ਉਹਦੇ ਵਿੱਚ ਕਿਸੇ ਵੀ 1% ਵੀ ਲੋਕਾਂ, ਚਾਹੇ ਇਹ ਗੱਲ ਹੋਵੇ ਵੀ ਬੰਦੀ ਸਿੱਖ ਜਿਹੜੇ ਉਹ ਛੁੱਟਣੇ ਚਾਹੀਦੇ ਆ, ਤੇ ਮੈਂ ਕਿਉਂ ਨਾ ਉਹ 1% ਲੋਕਾਂ ਦੀ ਵੀ ਗੱਲ ਇਸ ਵੇਲੇ ਜਦੋਂ ਸਰਕਾਰ 'ਚ ਬਹਿ ਗਏ ਹਰ ਦੀ ਸੁਣਨੀ ਆ, ਆਪਾਂ ਕਹਿੰਦੇ ਅਖੀਰ ਤੋਂ ਅਖੀਰ ਲਾਈਨ 'ਚ ਜਿਹੜਾ ਖੜਾ ਉਹਦੀ ਵੀ ਗੱਲ ਸੁਣਨੀ ਆ, ਤੇ ਇਹ ਜੇ ਕਿਸੇ ਦੀ ਗੱਲ ਆ, ਉਹ ਜੇ ਮੇਰੇ ਕੰਨਾਂ 'ਚ, ਹੁਣ ਮੈਂ ਕੁਛ ਕਰ ਸਕਦਾ ਹਾਂ, ਅੱਗੇ ਤਾਂ ਮੈਂ ਕੁਛ ਕਰ ਨਹੀਂ ਸਕਦਾ ਸੀ, ਜੇ ਹੁਣ ਮੈਂ ਸਰਕਾਰ 'ਚ ਬਹਿ ਕੇ ਕੋਈ ਰੋਲ ਨਿਭਾ ਸਕਦਾ ਹਾਂ ਤਾਂ ਮੈਂ ਉਹ ਨਿਭਾਵਾਂਗਾ।